गोपी ने थलड़ी थैली जी पानी ना भर गई फोन कटी होया की है ना तैया जड़े है मासी नू सानू ता जदो ना पता लगा आता पैरी जुती नी भाई ओ तेरी मासी तो पखंड थोड़ी जे ज्यादे कर दी है देखी की होया मासी 500 रुपया डेपया तेरा बाह नहीं चलती गोपी तू चला होना को गोला सटाना लौंपी कंघाउनी है ਦੇ ਆ ਆ ਮੈਨੂੰ ਪਤਾ ਸੀ ਇਹ ਇੱਥੇ ਰੱਖ ਅੱਛਾ ਫੇਸ ਵਾਸ਼ ਕਰਨਾ ਕੋਈ ਗੱਲ ਹੋ ਗਈ ਇਹ ਪਰੌਠੇ ਤਾਂ ਮਾਸੀ ਖਾਂਦੀ ਨਹੀਂ ਮੈਂ ਨਹੀਂ ਪਰੌਠੇ ਬਣਾਉਂਦੀ ਮਾਸੜ ਕਰਦਾ ਕਿੱਦਾਂ ਕਹੀ ਜਾਂਦਾ ਤੂੰ ਪਰੌਠੇ ਖਾਂਦੀ ਆਲੂਆਂ ਵਾਲੇ ਕੱਜ ਬਣਾਏ ਜੀ ਮੂਲੀਆਂ ਵਾਲੇ ਬਣਾਏ ਆ ਯਾਰ ਕਾਦੀ ਗੱਲ ਹੋਈ ਝੱਟੇ ਡਰ ਜਾਂਦਾ ਵੀ ਨਾ ਯਾਰ ਖੋਬ ਇੰਨਾ ਤੀਵੀ ਦਾ ਖਾ ਤੈਨੂੰ ਦੇਖ ਲਵਾਂਗੇ ਗਾ ਹਨਾ ਹਾਂ ਤੂੰ ਜੋ ਕੱਪੜੇ ਧਵਾਉਂਦੀ ਆ ਆਪਣੇ ਆਦਮੀ ਤੋਂ ਇੱਕ ਦਿਨ ਕੱਪੜੇ ਧਵਾਉਂਦੀ ਸੀ ਆ ਝੂਠਾ ਹੀ ਮੈਂ ਖੋਗਲਾ ਦੇ ਕਹਿੰਦੀ ਜੀ ਇਦਾਂ ਨਹੀਂ ਨਿਕਰਨੇ ਥਾਪੀ ਲੈ ਲਓ ਮੈਂ ਨਹੀਂ ਝੂਠ ਲੱਗਾ ਥਾਪੀ ਲੈ ਕੇ ਬਣਾ ਮੈਂ ਤਾਂ ਡਰਨਾ ਹੀ ਆ ਮੇਰੀ ਤਾਂ ਹੁਣ ਮੈਂ ਤਾਂ ਬਿਮਾਰ ਪਿਆ ਮੈਨੂੰ ਤਾਂ ਚੱਕ ਤਾਂ ਲੈਣ ਕਰਦੀ ਹਾਂ ਤੇ ਹੁਣ ਤਾਂ ਭਾਜੀ ਇਹਨੂੰ ਚੱਕਣ ਦਾ ਸਮਾਂ ਆਇਆ ਹੈ ਚਾਰੀ ਨੂੰ ਹਾਏ ਹੁਣ ਤਾਂ ਇਹਨੂੰ ਮੈਨੂੰ ਚੱਕਣਾ ਹੀ ਆ ਨਹੀਂ ਨਹੀਂ ਉਹ ਤਾਂ ਮੈਂ ਇਹ ਗੱਲ ਦੇਖੀ ਜਿੰਨਾ ਸਾਡਾ ਬੜਾ ਥੱਲੇ ਲੱਗਾ ਇੰਨਾ ਕੋਈ ਲੱਗਾ ਨਹੀਂ ਉਹਨੂੰ ਕਹਿੰਦੀ ਥਾਪੀ ਲੈ ਲਓ ਫਿਰ ਬਾਅਦ ਚ ਪਤਾ ਜਾਂਦੀ ਆ ਕਾਲਰ ਤੇ ਜੀ ਥੋੜਾ ਜਿਹਾ ਬੁਰਸ਼ ਵੀ ਮਾਰ ਦਿਓ ਬੁਰਸ਼ ਭੈਣ ਦੀ ਝੂਠੇ ਹੀ ਝੂਠੇ ਹੀ ਸਾਚਿਆ ਐਕਣ ਉਹਦਾ ਪੁੱਛਦਾ ਜੇ ਨਹੀਂ ਕਹਿੰਦੀ ਕਾਲਰ ਨਿਖਰੇ ਨਹੀਂ ਉਹ ਕਹਿੰਦਾ ਟਾਈਟ ਸਰਫ ਦੀ ਟਿੱਕੀ ਆਉਂਦੀ ਆ ਕਹਿੰਦਾ ਉਹਦੇ ਨਾਲ ਕਹਿੰਦਾ ਉਹਨੂੰ ਬੜਾ ਪਤਾ ਟਾਈਟ ਦਾ ਉਹਨੂੰ ਕੀ ਪਤਾ ਉਹਦਾ ਜਾਣਿਆ ਬੋਲਦਾ ਤੂੰ ਬੋਲਦਾ ਤੂੰ ਰਾਤ ਕਿਆ ਬੋਲ ਝੂਠੇ ਹੀ ਆ ਤੇਰਾ ਸਾਰਾ ਝੂਠੇ ਆ ਅਸੀਂ ਤਾਂ ਬੁੱਢੇ ਬਾਰੇ ਮੱਥੇ ਲੱਗਣ ਲੱਗੇ ਉਹਦੇ ਥੱਲੇ ਲੱਗਣ ਲੱਗੇ ਆਹੋ ਜਿੰਨੇ ਤਰ੍ਹਾਂ ਦੇ ਕੀ ਬਿਮਾਰ ਹੋ ਗਈ ਤੇਰੀ ਘਰ ਵਾਲੀ ਬਿਮਾਰ ਤੇ ਤੂੰ ਕਾਹਦੇ ਮੰਜੇ ਤੇ ਪੈ ਗਿਆ ਇਹ ਯਾਰ ਉਹਦਾ ਦੇ ਲਾ ਫੱਟ ਉਹਦੇ ਵੱਜੇ ਪੱਟੀ ਇਹ ਬੰਨੇ ਇਦਾਂ ਹੀ ਹੁੰਦੀ ਆ ਹੈ ਸੱਟ ਉਹਦੇ ਲੱਗੇ ਦਰਦ ਤੇਰੇ ਹੋਵੇ ਸੋ ਗੱਲ ਇਹ ਆ ਪੈਣਾ ਉਹਨੂੰ ਚਾਹੀਦਾ ਇੱਥੇ ਉਹ ਪਈ ਆ ਸਰਾਣੇ ਹੀ ਮੰਜਾ ਡਾ ਕੇ ਬੈਠਾ ਆਹੋ ਸ਼ਰਮ ਕਰੋਗਾ ਉਹੀ ਆ ਜਾ ਤੇਰੇ ਵਾਂਗ ਥੋੜੇ ਵੀ ਪੈਰੀ ਹੱਥ ਲਾਉਣ ਦਾ ਪਣਾ ਕੱਚੇ ਗੁਆਰੇ ਕੰਮੀ ਵੇ ਮੂਨ ਬਹੁਤ ਕੀ ਹੋਇਆ ਹੋਇਆ ਕੀ ਮੈਂ ਮੈਨੂੰ ਪਹਿਲਾਂ ਦੱਸ ਮੈਨੂੰ ਕੀ ਹੋਇਆ ਮੈਂ ਥੱਲੇ ਨਹੀਂ ਬੈਠੀ ਦਾ ਮੈਂ ਦੱਸ ਕੀ ਹੋਇਆ ਉੱਪਰ ਬੈਠੀ ਮੈਂ ਦੱਸ ਕੀ ਹੋਇਆ ਪਹਿਲਾਂ ਗੱਲ ਕੀ ਹੋਈ ਸੀ ਕੁਛ ਨਹੀਂ ਹਾਂ ਅੱਲੇ ਦੇ ਦਰਦ ਦਰਦ ਹੋਈ ਹਾਂ ਫਿਰ ਲੈ ਗਏ ਇਹਨੂੰ ਉੱਥੇ ਐਮਰਜੈਂਸੀ ਚ ਪਾਤਾ ਇਹੋ ਗਈ ਸੀ ਨਾਲ ਫੜੀ 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 ਰਸਤਾ ਦਿੰਦੀ ਕੱਲੀ ਆ ਗਈ ਤੂੰ दर्द हों पेकिया का नहीं खबर लेना तेरा जीवना मोड जीवना मोड अच्छा तू कि कहनी गोपी का ब्याह किदा करना आप गोपी का केड़ी गड्डी जानी है ਉਹ ਗੱਡੀਆਂ ਵਾਲਿਆਂ ਦੀ ਨਹੀਂ ਜੰਡੀ ਤੇ ਮਾਸੜ ਕਹਿੰਦਾ ਆ ਉਹ ਕਹਿੰਦਾ ਜਿਹੜੀ ਗੱਡੀਆਂ ਵਾਲਿਆਂ ਦੇ ਕੋਲ ਗੱਡੀ ਹੁੰਦੀ ਆ ਨਾ ਉਹ ਅਸੀਂ ਸਜਾਉਣੀ ਆ ਉਹ ਸਜਾ ਕੇ ਉਹਦੇ ਵਿੱਚ ਵਿਆਹ ਕੇ ਲਿਆਉਣਾ ਅਸੀਂ ਤਾਂ ਪਿਛਲਾ ਰਿਵਾਜ ਕਰਨਾ ਠੀਕ ਹੈ ਨਾ ਅਸੀਂ ਲੈਣਾ ਨਾ ਦੇਣਾ ਹਾਰਾਂ ਨਾ ਮੈਂ ਨਹੀਂ ਕਰਨੀ ਆ ਹਨਾ ਜੀ ਹਾਰਾਂ ਨਾ ਮੈਂ ਨਹੀਂ ਕਰਨੀ ਆ ਤਾਂ ਇਹ ਤੈਨੂੰ ਹੁਣ ਦੱਸ ਦਿੱਤਾ ਕੋਈ ਇੱਥੇ ਰਿਸ਼ਤੇ ਨਾ ਹਾਂ ਓਕੇ 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 ਅਸੀਂ ਨਹੀਂ ਲੈਣਾ ਕੁਛ ਵੀ ਨਾ ਸਾਨੂੰ ਲੋੜ ਆ ਸਾਡੇ ਘਰ ਬਥੇਰਾ ਕੁਛ ਆ ਹੋਰ ਪਰਮਾਤਮਾ ਨੇ ਦਿੱਤਾ ਹੈ ਬਥੇਰਾ ਤੁਹਾਨੂੰ ਦਿੱਤਾ ਆ ਜ਼ਮੀਨ ਜਾਇਦਾਦ ਮਾੜੇ ਮੋਟੇ ਨਹੀਂ ਜ਼ਮੀਨ ਆ ਮੰਝਾ ਆ ਗਾਈਆਂ ਨਹੀਂ ਜ਼ਮੀਨ ਬਣ ਗਈ ਹੋਰ ਲੈ ਲਈ ਮੁੱਲ ਜੀ ਜ਼ਮੀਨ ਬਣ ਗਈ ਤੁਹਾਡੀ ਨਹੀਂ ਗੱਡੇ ਨਾਲ ਫੇ ਹੋਰ ਵੀ ਗੱਡੇ ਨਾਲ ਲੈ ਜਾਣੇ ਆ ਨਹੀਂ ਇੱਕੋ ਗੱਡੀ ਲੈ ਜਾਣੀ ਆ ਹਾਂ ਪਟਾਣ ਕੇ ਜਾ ਕਿਨ ਮਾਸੀ ਨੂੰ ਨਹੀਂ ਹਾਂ ਇਹਨੂੰ ਨਹੀਂ ਜੀ ਇਦਾਂ ਕਰਨੀ ਆ ਇਹਨੂੰ ਤਾਂ ਲੈ ਜਾਣਾ ਤੋਰ ਕੇ ਇਦਾਂ ਹੀ ਗੱਡੀ ਚ ਦੂਈ ਚ ਜਿਸ ਵੇਲੇ ਉੱਥੋਂ ਲਿਆਉਣੇ ਆ ਉਹ ਨੇੜੇ ਜੇ ਆਣ ਕੇ ਗੱਡਾ ਕਰ ਲਵਾਂਗੇ ਨੇੜੇ ਕਰ ਲੈਣਾ ਗੱਡੀ ਆਣ ਕੇ ਹਣਾ ਹਾਂ ਉਹ ਕਰ ਲੈਣੀ ਆ ਤੁਹਾਨੂੰ ਗੱਡੀ ਚ ਉਤਾਰ ਕੇ ਦੋਹਾਂ ਨੂੰ ਉਹ ਗੱਡੀ ਤੇ ਸਾਲੂ ਉੱਤੇ ਦੇਣਾ
ਬੋਲਦਾ ਨੇ ਉੱਪਰ ਦੇਈਦਾ ਝੋਲ ਦੇ ਦਿਓ ਕਰਾਂਗੇ ਕੋਈ ਲੱਭਾਂ ਗਈ ਮੇਰੀ ਬੋਟੀ ਲੱਭ ਪੈਣੀ ਮੈਨੂੰ ਲੈ ਹੱਦ ਟੁੱਟ ਗਈ ਤੂੰ ਚਿੰਤਾ ਨਾ ਕਰ ਵਿਆਹ ਕਰ ਦੇਣਾ ਤੇਰਾ ਮੰਮੀ ਇੱਥੇ ਸੀ ਆਹੀ ਪਲੈਨਿੰਗ ਹੈ ਮੇਰੀ ਜਿਹੜੇ ਉਹ ਬਾਂਦਰ ਬੂਥੀ ਵੀ ਵਿਆਹ ਲਾ ਨਿਆਣੇ ਟੱਟੀ ਟੁੱਟੀ ਓਦਾਂ ਹੀ ਕਰ ਦਿੰਦਾ ਤੇਤੇ ਨਿਆਣਾ ਉਹ ਵੀ ਵਿਆਹ ਲੈਣ ਤੇਰੀ ਵਹੁਟੀ ਆਊਗੀ ਉਹ ਸਾਡੇ ਘਰ ਦੀ ਬੜੀ ਆ ਤਾਂ ਉਹ ਆਪੇ ਚੱਕਣ ਸਾਰੀ ਇੱਜ਼ਤ ਰੁਲੀ ਪਈ ਆ ਢੱਜੀਆਂ ਰਾਤੀ ਇਹਨਾਂ ਨੇ ਮੇਰੀ ਇੱਜ਼ਤ ਦੀਆਂ ਨੋ ਤੁਸੀਂ ਕਾਹ ਚ ਬਹਿ ਕੇ ਜਾਣਾ ਅਸੀਂ ਪਿੱਛੇ ਗੱਡੇ ਕਰ ਲਵਾਂਗੇ ਬਾਈ ਜਾਨ ਕਿੱਧਰ ਸੀ ਜਾਏਗਾ ਅਸੀਂ ਤੀਨੀਆਂ ਜਾਣਾ ਹੀ ਨਹੀਂ ਭਰਾ ਤੇਰੇ ਮੁੰਡੀ ਤੋਂ ਨਾ ਰਸ ਜਣ ਲੱਭਾ ਅਸੀਂ ਮੁੰਡੀ ਤੋਂ ਰਸ ਜਾਣਾ ਨਾ ਰੁਸੇ ਅਸੀਂ ਮੁੰਡੇ ਦਾ ਪਾਉਣੀ ਬਿਲਕੁਲ ਨਹੀਂ ਹਾਰ ਅਗਲੇ ਦੇ ਪਾਰ ਤਾਂ ਆਪਣੇ ਪਵਾ ਲਿਆ ਬਸ ਸੋਨੇ ਦਾ ਲੈ ਸੋਨੇ ਦਾ ਕੁੜੀ ਦਾ ਲੱਭੋ ਲੱਭ ਲਵਾਂਗੇ ਜੇ ਤੁਹਾਨੂੰ ਤਰਸ ਨਹੀਂ ਆਉਂਦਾ ਤੁਸੀਂ ਮੇਰਾ ਹੱਲੇ ਨਾ ਕਰੋ ਮੇਰੇ ਸਾਡੇ ਹਾਲ ਜ਼ਿੰਦਗੀ ਦੇਖਣ ਦਾ ਵਾਹ ਮੇਰੀ ਗੱਲ ਸੁਣ ਹੁਣ ਤੇਲੇ ਹੀਰਾ ਲੈ ਆਉਣਾ ਮੈਂ ਲੱਭ ਕੇ ਮਾਸੀ ਲੱਡੂ ਦੂਜੇ ਦੇ ਹੱਥ ਚੰਗਾ ਲੱਗਦਾ ਜੇ ਮੈਂ ਖਾ ਕੇ ਪਤਾ ਕਿੰਨਾ ਤੰਗ ਕਰਨਾ ਮੈਨੂੰ ਜੇ ਮੈਨੂੰ ਤੰਗ ਕੀਤਾ ਤਾਂ ਬਹੁਤ ਜ਼ਿਆਦਾ ਤੰਗ ਕਰਨਾ ਨਹੀਂ ਤੁਹਾਡਾ ਜਦੋਂ ਵਿਆਹ ਹੋਏ ਤੇ ਨਾ ਮਾਸਾ ਤੁਸੀਂ ਗੱਡੇ ਚ ਗਏ ਨਹੀਂ ਸਾਡੀ ਤਾਂ ਕਾਰ ਸੀ ਜਿਹੜੀ ਉਹ ਦੇ ਕੋਲ ਡਾਕੂ ਵਾਲੀ ਲੈ ਮੰਤਰੀਆਂ ਦੇ ਕੋਲ ਹੁੰਦੀ ਉਹ ਕਾਰ ਐਨਫੀਲਡ ਐਨਫੀਲਡ ਕਹਿਤਾ ਫੀਅਰਡ ਫੀਅਰਡ ਤੇਰੀ ਸਾਦਕੇ ਇਹ ਫੀਅਰ ਚਰਾਲੀ ਜਿ ਵਿਆਉਣ ਗਏ ਸੀ ਰੋਟੀ ਖਾਵੋ ਅੰਤ ਵਿੱਚ ਖਿਆਲ ਆਉਂਦੇ ਰਹਿੰਦੇ ਆ ਹਨਾ ਤੁਹਾਨੂੰ ਕੀ ਇਹਨਾਂ ਗੱਲਾਂ ਦਾ ਪਤਾ ਤੈਨੂੰ ਨਹੀਂ ਆ ਪਤਾ ਲੱਗਦਾ ਅਸੀਂ ਸਾਗ ਖਾਂਦੇ ਨਹੀਂ ਹੈਗੇ ਨਾ ਖਾਵੋ ਮੈਂ ਕਿਹੜਾ ਸਾਨੂੰ ਸਬਜ਼ੀ ਖਾ ਲੈ ਤੈਨੂੰ ਕੀ ਹੁੰਦਾ ਅਮਾ ਅਮਾ ਜੀ ਤੈਨੂੰ ਕੀ ਹੁੰਦਾ ਨਾਲੇ ਤੈਨੂੰ ਕੀ ਹੁੰਦਾ ਤੁਹਾਨੂੰ ਹੁੰਦਾ ਤੈਨੂੰ ਥੋੜੀ ਜਿਹਾ ਸਾਗ ਨੂੰ ਕਿਹਾ ਦੇ ਤਾਂ ਭੂਆ ਚੀਰਦੀ ਇਹ ਤਾਂ ਸਾਡੀ ਭੂਆ ਸਾਡੇ 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 ਲੱਗੇ ਸਾਡੇ ਕੌਣ ਦਿਲ ਉਤਰ ਗਿਆ ਹੋਣਾ ਯਾਰ ਜਵਾਬ ਦੇ ਰਹੇ ਮੈਂ ਸਾਰੇ ਪਸ਼ੂ ਕੀ ਵੇਚੇ ਆ ਭੈਣ ਜੋ ਵਿਹਲਾ ਟੈਨਸ਼ਨ ਹੋ ਗਿਆ ਚੈਨੀ ਦੀ ਕਲੈਪਿੰਗ ਹੋ ਜਾਣੀ ਕਿਸੇ ਦਿਨ ਚੈਨੀ ਦੀ ਜਿੱਦਣ ਕਲੈਪਿੰਗ ਹੋ ਗਈ ਤੂੰ ਘਰੋਂ ਬਾਹਰ ਦੱਸਤਾ ਪਤਾ ਨੀ ਉੱਥੇ ਜਿੱਦਣ ਹੈ ਨਾ ਆਪਣੇ ਧੌਣ ਤੇ ਦਾਤ ਕਿਸੇ ਨੇ ਰਾਸਤਾ ਲਿਆ ਕੇ ਕੰਨਾਂ ਚੋਂ ਏਅਰਪੋਰਟ ਵੀ ਕੱਢ ਕੇ ਦੇਵਾਂਗੇ ਭਾਜੀ ਆਹ ਰਹਿ ਗਿਆ ਇਹਦੇ ਬਿਨਾ ਤੁਹਾਡਾ ਔਖਾ ਮੇਰੀ ਗੱਲ ਸੁਣਾ ਨਾ ਇਹ ਰਾਤੀ ਮਨੀ ਗਿਆ ਹਨਾ ਨਵੀ ਤੂੰ ਇਨਸਾਫ ਕਰੀ ਕਿਸੇ ਜੁਮੇ ਪਾਰੀ ਨੀ ਹੜ ਦਿੱਤੀ ਕਿਸ ਨਾ ਗਿਆ ਇਹ ਲਾਡੀ ਨਾ ਗਿਆ ਮੁੰਡੇ ਨੇ ਤੁਹਾਡੇ ਨੇ ਬਾਹਰ ਚਲ ਜਾਣਾ ਆਹ ਮੈਂ ਚੱਲਾਂ ਹੁਣ ਸੱਚੀ
ਜਿਹੜੇ ਵੇਲੇ ਲਵਾ ਲਏ ਹੋਏ ਦੁਬਈ ਤੋਂ ਬਾਅਦ ਤੁਸੀਂ ਕੰਮ ਤਰ੍ਹਾਂ ਹੀ ਕਰਤਾ ਤਦੇ ਕਰਦੇ ਜਾ ਕਿਤੇ ਘੁੰਮਿਆ ਤੇਰੀ ਵੀ ਮਾੜੀ ਮੋਟੀ ਗੋਪੀ ਨੂੰ ਵੀ ਪੁੱਛ ਲਿਆ ਕਰੋ ਕਦੀ ਗੋਪੀ ਘੁੰਮਦਾ ਆਇਆ ਘੁੰਮਦਾ ਆਇਆ ਦੁਬਈ ਘੁੰਮਾ ਕੇ ਨੀ ਬਸ ਠੀਕ ਆ ਗੱਲ ਮੁੱਕੀ ਜਹਾਜ ਬਹਿ ਗਿਆ ਦੇਖ ਲਾ ਨਾ ਮੈਂ ਜਿੰਦਗੀ ਚ ਕਦੀ ਦੁਖਿਆ ਰੱਬ ਦੇ ਲਾ ਦਿਨ ਕਿੱਦਾਂ ਕਿੱਦਾਂ ਦੇ ਲਿਆ ਉਹਦੇ ਵਿੱਚ ਟੌਂਟ ਗਿਆ ਸੀ ਹੈ ਆਹੋ ਆਹੋ ਆਟੇ ਤੇ ਦੀਵੇ ਨੀ ਆ ਹਾਲ ਆ ਆਪਣੇ ਛੜਿਆਂ ਦਾ ਇਹ ਗੜਾ ਇਹ ਜਮਿਆ ਬੁੜੀਆਂ ਦਾ ਕੰਮ ਆ ਉਹਨਾਂ ਤੋਂ ਹੀ ਫੱਬਣੇ ਆ ਆਪਣੇ ਆਪਣੇ ਬੱਸ ਦੀ ਗੱਲ ਨਹੀਂ ਹੈਗੀ ਨਹੀਂ ਇਹ ਹੁੰਦਾ ਐ ਲਾ ਵੀ ਉਹ ਉਹਨਾਂ ਨੂੰ ਪਤਾ ਹਵਾ ਹਵਾ ਮੈਂ ਸਾਈਡ ਤੋਂ ਨਿਕਲੀ ਜਾਂਦੇ ਹਾੜ ਨਹੀਂ ਤੈਨੂੰ ਕੌਣ ਕਹਿੰਦਾ ਮੰਗੇ ਲੈਣ ਮੋਣੀ ਨਾ ਨੀ ਬੋਲੂ ਦੇਖ ਲਾ ਮਾਮਾ ਆਹ ਕੰਮ ਆ ਨਰਮ ਨੀ ਹੈਗਾ ਉਹ ਬੋਲੂ ਜਾ ਸੁੱਕਾ ਆਟਾ ਲਿਆ ਮੈਂ ਬੋਲੂ ਕੁਛ ਕਿਹਾ ਓਏ ਮੈਂ ਕੁਛ ਕਿਹਾ ਮੈਂ ਕਹਿ ਸਕਦਾ ਛੜਿਆਂ ਦੀ ਕੋਈ ਜ਼ਿੰਦਗੀ ਆ ਯਾਰ ਰਬੜ ਬਦਲ ਕੇ ਲਿਆਓ ਝਮਿਆ ਯਾਰ ਅਸੀਂ ਦੋ ਰੋਟੀਆਂ ਬਣਾ ਲੈਣੀ ਸੀ ਇੰਨੇ ਪੇੜੇ ਦੀਆਂ ਇਹ ਤਾਂ ਹੈ ਸਭ ਕੁਛ ਇਹਨਾਂ ਦਾ ਹੀ ਆ ਉਹਦਾ ਮਸ਼ੀਨਰੀ ਉਹ ਬੱਲੂ ਦੁਬਈ ਵਾਲੀ ਉਹ ਕਦੀ ਵੀ ਮੇਰੇ ਤੋਂ ਸਿਮ ਮੰਗ ਸਕਦੇ ਆ ਏਅਰਪੋਰਟ ਤੇ ਦਿੱਤੀ ਸੀ ਨੀ ਆਹੋ ਸਿਮ ਦਿੰਦੇ ਆ ਦੁਬਈ ਵਾਲੇ ਉੱਧਰ ਉੱਤਰਦੇ ਸਾਰ ਉਹ ਕਹਿੰਦੇ ਜਿਹੜੇ ਪਹਿਲੀ ਵਾਰੀ ਆਏ ਇੱਧਰ ਆ ਜਾਓ ਮੈਂ ਕਿਹਾ ਮੈਂ ਜੀ ਮਾਹ ਕਰ ਸਾਰੇ ਕੋਲ ਪੁੱਛ ਗਿੱਛ ਕਰੂਗੇ ਚੱਕ ਕੇ ਮੈਨੂੰ ਸਿਮ ਦੇ ਤੀ ਲਓ ਬੇਟਾ ਬੇਟਾ ਮਰੀਆ ਹਾਂ ਕਹਿੰਦੇ ਚਲਾਓ ਨਾ ਰੋਟੀ ਦੀ ਥਾਂ ਦੇਤੀ ਮਮਾ ਸਾਰਿਆਂ ਨੂੰ ਦਿੰਦੀ ਹੈ ਫ੍ਰੀ 1 GB ਫ੍ਰੀ ਸਿਮ ਇਹ ਪਤਾ ਨੀ ਕੀ ਹਿਸਾਬ ਕਿਤਾਬ ਜਿਹਾ ਸਿਮ ਦਾ ਉੱਧਰ ਕਰਨਾ ਪੈਂਦਾ ਜਮਿਆ ਗੱਲ ਨੀ ਬਣਦੀ ਕੁੱਕਰ ਦੇ ਉੱਪਰੋਂ ਹਵਾ ਨਿਕਲਦੀਆਂ ਸੀਟੀ ਨੀ ਵੱਜਣੀ ਹੱਥ ਨਾ ਬਜਾ ਦੋ ਹੱਥ ਨਾ ਬਜਾ ਦੋ ਨਹੀਂ ਵੱਜਣੀ ਮੰਮੀ ਨੂੰ ਲਿਆ ਭਾਵੇਂ ਜੇ ਵੱਜਣੀ ਨੀ ਸੀਟੀ ਉਹ ਨਹੀਂ ਮਨੀ ਆਟਾ ਥੋੜਾ ਜਿਹਾ ਦੂਜਾ ਲੈ ਕੇ ਆਓ ਰੁੱਖਾ ਸੁੱਕਾ ਜਿਹਾ ਆਟਾ ਲੈ ਕੇ ਆਓ ਉਹ ਮਾਮਾ ਉਹਦੇ ਨਾਲ ਹੋ ਜਾਣਾ ਉਹ ਮੈਨੂੰ ਪਤਾ ਉਹ ਯਾਰ ਜੰਮਿਆ ਉਹਨੇ ਬਣ ਜਾਣਾ ਆ ਸਪਾਈਸ ਜੈਟ ਆ ਮਾਮਾ ਜਹਾਜ ਆ ਜਹਾਜ ਪਤਾ ਕਿੰਨਾ ਵਧੀਆ ਸੀ ਕੋਈ ਨੀ ਪੁੱਤ ਗੋਆ ਤੱਕ ਤੂੰ ਗਿਆ ਗੱਲਾਂ ਤੂੰ ਕਰਦਾ ਜਹਾਜ ਦੀਆਂ ਜਹਾਜ ਭਗਵੰਤ ਮਾਨ ਨੇ ਸੇਵਾ ਲਾਈ ਸੀ ਜਾਣਾ ਹੀ ਆ ਪੱਕਾ ਹੀ ਰੱਖ ਕਿਹੜੀ ਗੱਲ ਬੱਲੂ ਕਿਹੜੀ ਗੱਲ ਕਰਤੀ ਯਾਰ ਸਾਰੇ ਪਤਾ ਉਹਲਾ ਲੱਗਿਆ ਇਹ ਪਾਵਾਂਗੇ ਹੀ ਆਪਾਂ ਮਹੀਨੇ ਬਾਅਦ ਤੇਰੇ ਗਏ ਤੇ ਇਹ ਪਾਉਣਾ ਹੀ ਬੱਲੂ ਤੇਰੇ ਗਏ ਤੇ ਇੱਕ ਤੇਰੀ ਯਾਦਗਿਰੀ ਰੱਖ ਲੈਣੀ ਆ ਹਨਾ ਲਵੀ ਇਹ ਇਹ ਬਣਾ ਕੇ ਰੱਖ ਲੈਣੀ ਤੇਰੀ ਯਾਦਗਿਰੀ ਹਾਂ ਬੱਲੂ ਤੂੰ ਮੇਰੀ ਗੱਲ ਸੁਣ ਓਏ ਓਏ ਇਹ ਤੇਰੇ ਗਏ ਦੇ ਬਾਅਦ ਪਾਵਾਂਗੇ ਠੀਕ ਹੈ ਹੈ ਓਏ ਓਏ ਉਸ ਮਾਮਾ ਮੇਰੀ ਮੰਮੀ ਇਹਦੇ ਵਿੱਚ ਕੁਝ ਹੋਰ ਪਾਉਂਦੀ ਹੁੰਦੀ ਆ ਓਏ ਬੱਲੂ ਇਧਰ ਪੌਣੇ ਗਏ ਤੋਂ ਬਾਅਦ ਸਾਂਭ ਕੇ ਰੱਖ ਲੈਣਾ ਠੀਕ ਹੈ ਫੇਲ ਆ ਪਾਸਾ ਤੇ ਰੌਲਾ ਬੱਲੂ ਇਟਲੀ ਚਲ ਗਿਆ
बंदे का रुपया लगा है साले हाथ च गल लेंदे आ इधर बकरा रजदा उधर बलू का दिल रजदा जे हिसाब दियां गल्लां करदे आ यार बलू आ आ गल्लां गालदे आ यार एयरपोर्ट बना नाले ही छड़ देना ये वाला ठीक है हां रील पा लेनी बलू रील पा देनी ओए जानू तेरी गली च छप जानी बलू इटली चल गया बिना मिले मुंडा चलाया भी हेल्प करोगे हां बाकी जमे होने तो है ही है भी यार उपर रख बंदा सच दसा जमे ने मैं दस तेरे तो कुछ नहीं कमाया जमे पहले मेन दस ओदा तू तू ओदा साढ़े अठ लेना इटली का नौ 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 लेंदा नौ लेंदा पेपर किन्ने मोड़ना कोई भी नहीं बलू ले ला तू ये हिसाब ला ला रुपये दस नहीं मोड़ दे डपा दो गलू भाई ओए कौड़ा बनना ਹੋਰ ਨਾ ਬੱਕਰਾ ਪੈ ਜੋ ਵਿੱਚ ਗਲਾਂਦੇ ਖਾਂਦਾ ਫਿਰ ਬਲੂ ਸੁਨੱਖਾ ਹੋ ਗਿਆ ਕੀੜਾ ਲੱਗਾ ਦਾੜੀ ਅੱਜ ਦੇਖਿਆ ਕਿੱਥੇ ਲੱਗਾ ਓਏ ਦਿਖਾ ਦਾ ਸ਼ਾਰਪੀਨ ਕਰੀ ਦੰਦਾ ਜਿਹੜੀ ਦਾੜੀ ਆ ਹੈ ਵੇਖ ਕਿੱਦਾਂ ਦਾ ਗੁੱਡਾ ਜਿਹਾ ਜਦੋਂ ਲੈ ਲਾ ਗਲੀ ਜੇ ਤਖਾਣਾ ਦੀ ਮੁੰਡਾ ਹੋਇਆ ਹੋਣਾ ਬੜਾ ਇਹਨੇ ਖੋਰੂ ਪਾਇਆ ਹੋਣਾ ਹਨਾ ਵੀਰੂ ਵੀਰ ਸਿੰਘ ਵੀਰ ਸਿੰਘ ਦੇ ਪੋਤਾ ਹੋਇਆ ਬਲੂ ਦਿਖਾ ਦਾ ਆ ਲੈ ਲਾ ਵੀ ਸੱਚਾ ਪਿਆਰ ਓਏ ਬਾਅਦ ਚ ਮਟਾਉਂਦੇ ਸੀ ਹੱਥਾਂ ਵਾਲਾ ਉਹ ਨੀ ਹੱਥ ਵਾਲਾ ਢਾਤਾ ਦਿਲ ਆ ਦੇਣੇ ਯਾਰ ਲੱਭਣੇ ਹਨਾ ਨਹੀਂ ਉਦਾਂ ਹੋਰ ਇੱਥੇ ਥੋੜਾ ਟਾਈਮ ਆਪਾਂ ਸਾਰਿਆਂ ਨੇ ਬਾਹਰੋਂ ਆਪੋ ਆਪਣੇ ਚੱਲ ਜਾਣਾ ਆਪਾਂ ਨੂੰ ਆਹ ਦਿਨ ਲੱਭਣੇ ਨੇ ਉਹ ਬਸ ਜਿਹੜੇ ਆਪਣੇ ਬਾਹਰ ਗਏ ਸਾਰੇ ਆਪਾਂ ਨੂੰ ਮਿਸ ਕਰਦੇ ਹੋਣੇ ਆ ਨਾ ਇਸ ਟਾਈਮ ਠੀਕ ਨੀ ਜੋ ਕੱਠਿਆਂ ਨੇ ਬਹਿ ਕੇ ਕੱਟੀਆਂ ਜਿਹੜਾ ਹੁਣ ਚਲ ਗਿਆ ਵਾ ਨੂੰ ਆਪਾਂ ਨੂੰ ਆਣ ਕੇ ਬੈਠਾ ਕੋਈ ਦਾ ਗੱਲ ਆ ਮਿਸੇ ਕਰਦੇ ਆ ਉਹ ਸਾਰੇ ਬਾਹਰ ਬੈਠੇ ਕਿਉਂ ਬੱਲੂ ਬਤਾਏ ਵੀ ਮਾਮਾ ਉੱਥੇ ਬੈਠੇ ਨੇ ਮਿਸੇ ਕਰਿਆ ਕਹਿੰਦਾ ਜਦੋਂ ਭੈਣ ਜਾ ਇਟਲੀ ਤੈਨੂੰ ਮੂਲੀਆਂ ਪੱਟਣੀਆਂ ਪੈ ਗਈਆਂ ਕੀਵੀ ਫਲ ਤੋੜਨਾ ਪਿਆ ਹੋਰ ਕੀ ਕੀ ਪਤਾ ਨੀ ਕੀ ਉੱਥੇ ਜੰਮਿਆ ਤੂੰ ਕੀ ਕਹਿਣ ਨੂੰ ਫਿਰਦਾ ਪਤਾ ਨੀ ਕੀ ਉੱਥੇ ਗੋਪੀ ਦੀ ਥਲੜੀ ਥੈਲੀ ਚ ਪਾਣੀ ਨਾ ਭਰ ਗਈ ਪਾ ਕੇ ਦੇ ਬਦਨਾਮੀ ਨਾਲ ਜੁੜ ਗਏ ਇੱਕ ਨਾ ਇਹਨਾਂ ਨੂੰ ਮੈਂ ਮੀਟ ਖਲਾਇਆ ਇੱਕ ਥਾਲਾ ਮੈਂ ਬਦਨਾਮ ਹੋ ਗਿਆ ਉਹ ਕੁੱਤਾ ਲਵਾਵਾ ਚੱਕ ਕੇ ਲੈ ਗਿਆ ਹੁਣ ਉਹਦੇ ਮੂੰਹ ਚ ਕੱਢਣਾ ਦਾ ਸੀ ਖਾਦਾ ਤਾਂ ਤੂੰ ਹੀ ਸੀ ਮਾਮਾ ਲੈਗ ਪੀਸਾਂ ਨੂੰ ਤੂੰ ਲੜਦਾ ਸੀ ਉੱਥੇ ਸ਼ੇਰ ਦੇ ਮੂੰਹ ਚੋਂ ਕੱਢ ਕੇ ਲੈ ਕੇ ਆਇਆ ਗਲਾ ਲੈਗ ਪੀਸਾਂ ਰੁਪਏ ਬੱਕਰੀ ਮਾਰ ਭੱਜ ਕੇ ਦਿਖਾ ਲੈ ਵਾ ਫੇਰ ਬੱਕਰੀ ਮਾਰ ਨਹੀਂ ਭੱਜ ਹੋਣਾ ਭੱਜ ਤੂੰ ਅੱਜ ਪੇਪਰ ਜਮਾ ਹੋਇਆ ਕਿਹੜੇ ਜਮਾ ਹੋਇਆ ਇਟਲੀ ਦੇ ਆ 2 ਤਰੀਕ ਆ ਅੱਜ ਤਾਂ ਹੈ ਜੀ ਮਾੜੀ ਅਦਰੀ ਅੱਜ ਚੁੱਪ ਨਹੀਂ ਆਵੇ ਜੀ
ਅੱਜ 2 ਤਰੀਕ ਆ ਰਸਤੇ ਨਾਲ ਉਹਨੂੰ ਪਤਾ ਮੇਰੀ ਇਮੇਜ ਵੀ ਖਰਾਬ ਹੁੰਦੀ ਹੈ ਨਾ ਕੱਲ ਨੂੰ ਕਹੋਗੇ ਇੰਨਾ ਸ਼ਚੀਰ ਸੋਹਣਾ ਸੁਨੱਖਾ ਮੁੰਡਾ ਸਾਰਾ ਡਾ ਓਏ ਆ ਇਹਨੇ ਕੋਟੀ ਖਰਾਬ ਕਰ ਦੇਣੀ 2 ਸਾਲ ਕੱਢਣਾ ਅੱਜ ਜਮਾ ਹੁਣ ਅਸੀਂ 20 ਦਿਨ ਵਾਲੇ ਮਿਲਣੇ ਸੀਗੇ 20 ਦਿਨਾਂ ਵਾਲੇ ਨਿਕਲੇ गैलरी खोली है भरजाई का बुआ भरजाई का बूबा दी ना अभी लड़ाऊंगा इधर आया मोड़ दे होनी उथे दी है कोई मोड़ मूड़ दी है बंदी जोर जा लगा ना मिठी गल है जो फोन कट हो गया ਸਾਲਾ ਦੰਦੀ ਵਰਤਾ ਟਿੱਖਾ ਸਾਲਿਆ ਸਹੇਲੀ ਨਾਲੋ ਯਾਰ ਨਾਲੋ ਸਹੇਲੀ ਚੰਗੀ ਹੋ ਗਈ ਤੇਰੀ ਉਂਗਲ ਕੱਟੀ ਵਾ ਪੈਂਦਾ ਆ ਵੱਲੋ ਉਹ ਹਾਲੇ ਨਾ ਹਾਲੇ 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 ਮਾਰ ਦੋ ਉਹ ਬੋਲੂ ਸ਼ਾਲੋਂ ਕਰ ਚੱਲ ਦੀ ਆ ਪੁੱਤ ਔਖੇ ਵੇਲੇ ਯਾਰ ਖੜਦੇ ਕੰਮ ਆਉਣ ਨਾ ਸਮਖੀਆਂ ਤਕਰੀਰ ਟੁੱਟ ਜਾਣੀ ਮੈਂ नहीं पहला तू गल की कर दी भाभी ने सवेरे सवेरे बूबा देखना पांच बजे लोग बाबे का ना लाजे भरजाई का आओ इत 4 बजे पहुंचा होना ही तो चल तार मोहरे मोहरे हो पिछे पिछे असि एंगल मिंगा हो गया थक जो हो गया थकिया था पहले पिया ही पहले थकिया सी गल किदा करदा फोन आला जेतू गया तांदी ओ खोले ने घरूण मारिया आ दे पहला दंदी वड्डी इत्थे आ दे हां पहला दंदी वड्डी कज फोन कटी कैंची वाला लत नू कैंची जान जाए मगर फोन ना जाए बोलो फोन चलता भी है हुण भी है हाँ
हाँ देखिए।